ਕਿਸੇ ਨੂੰ ਧੱਕੇ ਨਾਲ ਹਿੰਦੂ ਮੁਸਲਮਾਨ ਸਿੱਖ ਨਹੀਂ ਬਣਾਉਂਦਾ, ਪਰ ਸੰਵਿਧਾਨ ਤੁਹਾਨੂੰ ਇਨਸਾਨ ਬਣਾਉਂਦਾ। ਅੱਜ ਸੰਵਿਧਾਨ ਨਾਲ ਛੇੜਛਾੜ ਹੋ ਰਹੀ ਹੈ, ਇਸ ਕਰਕੇ ਮੈਂ ਬੇਨਤੀ ਕਰਦਾ, ਇਸ ਸੂਰਮੇ ਨੂੰ ਸਲੂਟ ਮੈਂ ਇਸ ਕਰਕੇ ਕੀਤਾ ਕਿ ਇਹਨੇ ਉਹ ਕਾਨੂੰਨ ਬਣਾਇਆ ਕਿ ਜਿਹਨੇ ਅੱਜ ਮੈਂ ਗਾਤਰੇ ਕਿਰਪਾਨ ਪਾਈ ਹੈ ਤਾਂ ਇਹਨੇ ਸੰਵਿਧਾਨ ਵਿੱਚ ਲਿਖ ਕੇ ਦਿੱਤਾ ਕਿ ਸਿੱਖ ਨੂੰ ਕਿਰਪਾਨ ਪਹਿਨਣ ਦਾ ਅਤੇ ਰੱਖਣ ਦਾ ਅਧਿਕਾਰ ਹੈ। ਮੈਨੂੰ ਕੋਈ ਦੇਸ਼ ਵੀ ਅਧਿਕਾਰ ਨਹੀਂ ਦੇ ਰਿਹਾ, ਮੈਨੂੰ ਜਹਾਜ਼ 'ਚ ਕਿਰਪਾਨ ਲਾਉਣੀ ਪੈਂਦੀ ਆ। ਜਿਹੜੇ ਸਿੱਖ ਇਸ ਰੋਸ 'ਚ ਵਿੱਚ ਨਹੀਂ ਆ ਉਹ ਮੇਰੀ ਬੇਨਤੀ ਸੁਣ ਲੈਣ। ਜਿਹੜਾ ਅਧਿਕਾਰ ਬਾਬਾ ਸਾਹਿਬ ਨੇ ਗਰੀਬਾਂ ਨੂੰ ਲੈ ਕੇ ਦਿੱਤਾ, ਉਹ ਹੈ ਬਾਬੇ ਨਾਨਕ ਨੇ, ਉਹ ਹੈ ਬਾਬੇ ਰਵਿਦਾਸ ਨੇ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ, ਅਤੇ ਅੱਜ ਉਸ ਅਧਿਕਾਰ 'ਤੇ ਹਮਲਾ ਹੋ ਰਿਹਾ। ਵੀਰੋ, ਇਹ ਕੋਈ ਰਿਜ਼ਰਵੇਸ਼ਨ, ਮੈਂ ਰਿਜ਼ਰਵੇਸ਼ਨ ਨਹੀਂ ਰਹਿੰਦਾ, ਪਰ ਰਾਈਟ ਉਹ ਹੈ ਜੇ ਗਰੀਬ ਨੂੰ ਕੋਈ ਅਧਿਕਾਰ ਦਿੱਤਾ ਜਾਂਦਾ ਉਹਦਾ ਸਹੀ ਇਸਤੇਮਾਲ ਹੁੰਦਾ। ਜਦੋਂ ਗੁਰੂ ਗੋਬਿੰਦ ਸਿੰਘ ਨੇ ਅਧਿਕਾਰ ਦਿੱਤੇ ਸੀ ਪੱਗ ਬੰਨਣ ਦਾ ਅਧਿਕਾਰ, ਕਿਰਪਾਨ ਪਹਿਨਣ ਦਾ ਅਧਿਕਾਰ ਨਹੀਂ ਸੀਗਾ। ਜਦੋਂ ਤੁਹਾਨੂੰ ਬਾਬਾ ਸਾਹਿਬ ਨੇ ਬਰਾਬਰ ਦਾ ਅਧਿਕਾਰ ਦਿੱਤਾ ਤੁਹਾਨੂੰ ਨਹੀਂ ਸੀਗਾ। ਇਸ ਕਰਕੇ ਜਾਗੋ, ਪੜ੍ਹੋ, ਤੁਸੀਂ ਪੜ੍ਹੇ, ਤੁਸੀਂ ਜੁੜੇ ਨਹੀਂ, ਤੁਹਾਡਾ ਸੰਘਰਸ਼ ਇਕੱਲਿਆਂ ਇਕੱਲਿਆਂ ਦਾ, ਕੱਲ੍ਹ ਨੂੰ ਕੋਈ ਹੋਰ ਕਰ ਲਊਗਾ। ਤੁਸੀਂ ਇੱਕ ਦੂਜੇ ਦਾ ਤਮਾਸ਼ਾ ਦੇਖਦੇ ਆ, ਜਿੱਦਣ ਤੁਸੀਂ ਤਮਾਸ਼ਾ ਬਣ ਗਏ ਤੁਹਾਨੂੰ ਇਕੱਲੇ ਇਕੱਲੇ ਨੂੰ ਲਿਜਾਣਾ ਹੈ। ਕਿਸੇ ਦੀ ਮਾਂ ਕਿਸੇ ਡੀਸੀ ਕੋਲੋਂ ਮਿੰਨਤ ਕਰੂਗੀ, ਕਦੇ ਕਿਸੇ ਕੋਲ ਕਰੂਗੀ, ਕਿਉਂਕਿ ਤੁਹਾਡੇ ਜਿਹੜੇ MLA ਸਾਹਿਬਾਨ ਵਾ ਉਹ ਉਹਨਾਂ ਦੇ ਮੁੱਲ ਖਰੀਦੇ ਗੁਲਾਮ ਨੇ, ਉਹਨਾਂ ਨੇ ਨਹੀਂ ਕਹਿਣਾ ਕੁਛ ਵੀ। ਉਹ ਤੁਸੀਂ ਕਿਹੜੇ ਮੁੱਦੇ ਲੈ ਕੇ ਬੈਠੇ ਆ? ਕੋਈ ਮੁਸਲਮਾਨ ਦਾ ਲੈ ਕੇ ਬੈਠਾ, ਕੋਈ ਸਿੱਖਾਂ ਦਾ ਬੈਠਾ, ਕੋਈ ਕਹਿੰਦਾ ਮੈਨੂੰ ਖਾਲਿਸਤਾਨ ਦੇ ਦਿਓ, ਕੋਈ ਕਹਿੰਦਾ ਮੈਨੂੰ ਕਸ਼ਮੀਰ ਦੇ ਦਿਓ। ਉਹ ਭਾਰਤ ਕਿਹਦਾ ਹੈ? ਇਹ ਸਾਡਾ ਹੈ, ਰਾਜ ਕੌਣ ਕਰ ਰਿਹਾ? ਉਹ ਤੁਸੀਂ ਅੰਗਰੇਜ਼ਾਂ ਨੂੰ ਮਾੜੇ ਕਹਿੰਦੇ ਸੀ, ਉਹ ਤੁਹਾਡੇ ਹਾਲਾਤ ਦੇਖੋ ਓਏ, ਉਹ ਤੁਹਾਡੇ ਹਾਲਾਤ ਦੇਖੋ, ਆਪਣੇ ਹਾਲਾਤਾਂ ਵਾਲੇ ਜੀਣ, ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਉਹ ਕਿਸੇ ਨੂੰ ਅੱਜ ਕਿੰਨੀਆਂ ਦੀਆਂ ਦਿਹਾੜੀਆਂ, ਅੱਜ ਸਾਡੇ ਗਰੀਬ ਲੋਕ ਪਤਾ ਨਹੀਂ ਕਿੱਦਾਂ ਦਿਹਾੜੀ ਕੱਟੀ ਹੋਣੀ ਆ। ਅਸੀਂ ਕਿਸੇ ਨੂੰ ਤੰਗ ਕਰ ਲਏ ਥੋੜ੍ਹੋ? ਇਹ ਕੋਈ ਤਮਾਸ਼ਾ ਥੋੜ੍ਹੋ ਹੈ? ਹਰ ਇੱਕ ਬੰਦਾ ਡਿਊਟੀ ਕਰ ਰਿਹਾ, ਕਾਨੂੰਨ ਆਪਣਾ ਕੰਮ ਜੇ ਨਾ ਕਰੇ ਉਹ ਤੁਹਾਨੂੰ ਅੰਦਰੋਂ ਕੱਟ ਕੱਟ ਮਾਰ ਦੇਣ। ਅਸੀਂ ਗੁੰਡੇ ਥੋੜ੍ਹੋ ਹਾਂ, ਅਸੀਂ ਨਾਗਰਿਕ ਵਾਂ। ਤੁਸੀਂ ਬਾਹਰਲੇ ਮੁਲਕਾਂ 'ਚ ਕਾਹਨੂੰ ਧੱਕੇ ਖਾਣ ਜਾਂਦੇ ਆ? ਉੱਥੇ ਰੱਬ ਹੋਰ ਵਾ, ਉਹ ਸਾਡੇ ਘਰ 'ਚ ਰੱਬ ਹੋਰ ਵਾ? ਜੇ ਮੈਨੂੰ ਕੋਈ ਧਾਰਮਿਕ ਬੰਦਾ ਜਵਾਬ ਦੇਵੇ, ਅਰਬ ਕੰਟਰੀਆਂ 'ਚ ਕਿਹੜਾ ਰੱਬ ਵਾ? ਯੂਰਪ ਕੰਟਰੀਆਂ 'ਚ ਕਿਹੜਾ ਰੱਬ ਵਾ? ਕਿਹੜੇ ਰੱਬ ਨੂੰ ਮਨਾਉਂਦੇ ਤੁਸੀਂ? ਸਵੇਰ ਤੋਂ ਸ਼ਾਮ ਤੱਕ ਕਿਹੜੇ ਰੱਬ ਨੂੰ ਮਨਾਉਂਦੇ ਹਾਂ? ਅਸੀਂ ਇਨਸਾਨ ਨਹੀਂ ਬਣ ਸਕੇ, ਸਾਡੇ ਗੁਰੂਆਂ ਨੇ ਸਾਨੂੰ ਇਨਸਾਨ ਬਣਾਉਣਾ ਸਿਖਾਇਆ ਸੀ। ਜੇ ਇਹ ਕਾਨੂੰਨ ਵਾ ਇਹ ਕਿਹਦੇ ਨੇ ਬਣਾਇਆ ਗਿਆ? ਪਰ ਅਸੀਂ ਕਾਨੂੰਨ ਦੀ ਪਾਲਣਾ ਕਰਨੀ ਚਾਹੁੰਦੇ ਨਹੀਂ, ਅਸੀਂ ਫੋਨ ਕਰਾਉਂਦੇ ਹਾਂ। ਉਹ ਤੁਸੀਂ ਆਪਣੇ ਤੋਂ ਸ਼ੁਰੂ ਕਰੋ। ਮੈਂ ਇੱਥੇ ਕਿਉਂ ਪਹੁੰਚਿਆ? ਮੈਂ ਕਿਸੇ ਜਥੇਬੰਦੀ ਦਾ ਨਹੀਂ, ਮੈਂ ਭਾਰਤ ਦਾ ਨਾਗਰਿਕ ਵਾਂ।